ਹੈਲੋ, ਸਾਡੇ ਸੁਪਰ ਗਲੈਮਰਸ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ। ਦੇਖੋ, ਅੱਜ ਮਨੋਰੰਜਨ ਦੀ ਦੁਨੀਆ ਦੇ ਵਿੱਚ ਕੀ ਹੋਇਆ। ਅੱਜ ਅਸੀਂ ਤੁਹਾਡੇ ਮਨਪਸੰਦ ਸੈਲੀਬ੍ਰਿਟੀਜ਼ ਦੀ ਦੁਨੀਆ ਤੋਂ ਮਸਾਲੇਦਾਰ ਅਤੇ ਚਮਕਦਾਰ ਖਬਰਾਂ ਲੈ ਕੇ ਆਈ ਹਾਂ, ਤਾਂ ਉਹ ਅੱਜ ਦੇ ਹੋਟ ਟੌਪਿਕਸ 'ਤੇ ਇੱਕ ਨਜ਼ਰ ਮਾਰਦੇ ਹਾਂ। ਤਾਂ ਅੱਜ ਪਹਿਲਾਂ ਗੱਲ ਕਰਾਂਗੇ ਸੁਨੰਦਾ ਸ਼ਰਮਾ ਦੀ। ਸੁਨੰਦਾ ਸ਼ਰਮਾ ਨੇ ਕਿਉਂ ਲਾਈ ਗਾਇਕੀ ਛੱਡ ਕੇ ਗੋਲ ਗੱਪਿਆਂ ਦੀ ਰੇਹੜੀ। ਦਿਲਜੀਤ ਨੂੰ ਕਿਉਂ ਭੇਜਿਆ ਫੀਮੇਲ ਫੈਨ ਨੇ ਇੱਕ ਲੀਗਲ ਨੋਟਿਸ। ਐਸ਼ਵਰਿਆ ਦੇ ਵਿਆਹ ਦੇ ਲੁੱਕ ਤੋਂ ਇੰਸਪਾਇਰ ਹੋ ਕੇ ਡੋਲ ਨੇ ਇੰਟਰਨੈਟ ਤੇ ਮਚਾ ਦਿੱਤਾ ਤਹਿਲਕਾ। ਸੁਨੰਦਾ ਸ਼ਰਮਾ ਇੱਕ ਨਵੇਂ ਧਮਾਕੇ ਦੇ ਨਾਲ ਵਾਪਸ ਆਈ ਹੈ, ਪਰ ਇਸ ਵਾਰ ਕਿਸੇ ਗੀਤ ਨਾਲ ਨਹੀਂ, ਸਗੋਂ ਗੋਲ ਗੱਪਿਆਂ ਦੀ ਰੇਹੜੀ ਦੇ ਨਾਲ। ਆਪਣੀਆਂ ਮਜ਼ਾਕੀਆ ਵੀਡੀਓਜ਼ ਅਤੇ ਪੋਸਟਾਂ ਦੇ ਨਾਲ ਫੈਨਸ ਦਾ ਮਨੋਰੰਜਨ ਕਰਨ ਵਾਲੀ ਸੁਨੰਦਾ ਇਸ ਵਾਰ ਕੁਝ ਵੱਖਰਾ ਕਰਦੀ ਨਜ਼ਰ ਆਈ ਹੈ। ਮਜ਼ੇਦਾਰ ਗੱਲ ਇਹ ਹੈ ਕਿ ਸੁਨੰਦਾ ਦੀ ਰੇਹੜੀ ਦੇ ਸਾਹਮਣੇ ਲੋਕਾਂ ਦੀ ਭਾਰੀ ਭੀੜ ਲੱਗੀ ਹੋਈ ਹੈ, ਜਿਵੇਂ ਕਿ ਸੁਨੰਦਾ ਦੀ ਨਵੀਂ ਐਲਬਮ ਲਾਂਚ ਹੋ ਗਈ ਹੋਵੇ। ਲਾਈਨ ਐਵੇਂ ਲੱਗੀ ਹੈ ਜਿਵੇਂ ਕਿ ਫ੍ਰੀ ਦੇ ਵਿੱਚ ਗੋਲ ਗੱਪੇ ਮਿਲ ਰਹੇ ਹੋਣ, ਨਾਲੇ ਕੈਪਸ਼ਨ ਵੀ ਲਿਖਿਆ ਵੇਖਾਂ ਕਿਵੇਂ ਖਲੋਤੇ ਨੇ ਲਾਈਨ ਦੇ ਵਿੱਚ। ਹੁਣ ਭਾਈ, ਜਦੋਂ ਸੁਨੰਦਾ ਸ਼ਰਮਾ ਗੋਲ ਗੱਪੇ ਵੇਚੇਗੀ ਤਾਂ ਲਾਈਨ ਤਾਂ ਲੱਗਣੀ ਹੈ, ਪਰ ਸਵਾਲ ਇਹ ਹੈ ਕਿ ਗੋਲ ਗੱਪਿਆਂ ਨਾਲ ਐਕਸਟਰਾ ਪਾਣੀ ਵੀ ਮਿਲੂਗਾ ਜਾਂ ਫਿਰ ਉਹਦਾ ਵੀ ਐਕਸਟਰਾ ਚਾਰਜ ਕੀਤਾ ਜਾਵੇਗਾ। ਪੰਜਾਬੀ 뮤직 ਇੰਡਸਟਰੀ ਦੇ ਸੁਪਰ ਹੀਰੋ ਅਤੇ ਬਾਲੀਵੁੱਡ ਦੇ ਹੌਟ ਫੇਵਰੇਟ ਦਿਲਜੀਤ ਦੋਸਾਂਝ ਇਸ ਸਮੇਂ ਆਪਣੇ ਕਨਸਰਟ ਟੂਰ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹਨ। ਉਹਨਾਂ ਦਾ ਨਵਾਂ ਦੌਰਾ, ਜਿਸ ਨੂੰ ਇਲੂਮੀਨਾਤੀ ਕਿਹਾ ਗਿਆ, ਦੇਸ਼ ਭਰ ਦੇ 10 ਸਥਾਨਾਂ ਤੇ ਪਹੁੰਚੇਗਾ। ਉਹਨਾਂ ਦਾ ਕਨਸਰਟ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਦੇ ਵਿੱਚ ਹੋਣ ਜਾ ਰਿਹਾ। ਪਰ ਵਾਹ, ਇੱਕ ਕੰਟਰੋਵਰਸੀ ਦੀ ਵੀ ਕਿੰਨੀ ਪਰਫੈਕਟ ਟਾਈਮਿੰਗ ਹੁੰਦੀ ਹੈ। ਕਨਸਰਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਸ਼ੋਅ ਵਿਵਾਦਾਂ ਦੀ ਲਾਈਟਨਿੰਗ ਦੇ ਵਿੱਚ ਆ ਗਿਆ। ਟਿਕਟਾਂ ਦੀ ਕੀਮਤ ਨੂੰ ਲੈ ਕੇ ਹੰਗਾਮਾ ਹੋ ਰਿਹਾ ਤੇ ਲੋਕ ਸ਼ਿਕਾਇਤ ਕਰ ਰਹੇ ਹਨ ਕਿ ਟਿਕਟਾਂ ਸਮੇਂ ਤੋਂ ਪਹਿਲਾਂ ਲਾਈਵ ਹੋ ਗਈਆਂ ਸਨ। ਖ਼ਬਰਾਂ ਮੁਤਾਬਕ ਟਿਕਟਾਂ ਦੀਆਂ ਕੀਮਤਾਂ 'ਚ ਬੇਈਮਾਨੀ ਦਾ ਦੋਸ਼ ਲਗਾਉਂਦੇ ਹੋਏ ਦਿਲਜੀਤ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ। ਪਰ ਇਹ ਕੰਮ ਦਿੱਲੀ ਦੀ ਇੱਕ ਲਾਅ ਸਟੂਡੈਂਟ ਅਤੇ ਦਿਲਜੀਤ ਦੀ ਡਾਈ ਹਾਰਟ ਫੈਨ ਰਿਧਿਮਾ ਕਪੂਰ ਨੇ ਭੇਜਿਆ। ਗਾਇਕ ਨੂੰ ਨੋਟਿਸ ਭੇਜਿਆ ਗਿਆ। ਰਿਧਿਮਾ ਨੇ ਕਿਹਾ ਕਿ ਆਰਗੇਨਾਈਜ਼ਰਸ ਨੇ ਟਿਕਟਾਂ ਦੀ ਉਪਲਬਧਤਾ ਦੇ ਵਿੱਚ ਹੇਰਾਫੇਰੀ ਕੀਤੀ ਹੈ, ਜਿਸ ਕਾਰਨ ਟਿਕਟਾਂ ਦੀਆਂ ਕੀਮਤਾਂ ਦੇ ਵਿੱਚ ਹੇਰਾਫੇਰੀ ਹੋਣ ਤੋਂ ਬਾਅਦ ਵਾਧਾ ਹੋਇਆ। ਹੁਣ ਦਿਲਜੀਤ ਦੇ ਟੂਰ 'ਚ ਸੰਗੀਤ ਦੇ ਨਾਲ ਨਾਲ ਕਾਨੂੰਨੀ ਡਰਾਮਾ ਵੀ ਸ਼ਾਮਿਲ ਹੋਇਆ। ਹੁਣ ਦਿਲਜੀਤ ਦੇ ਟੂਰ ਦਾ ਅਗਲਾ ਸ਼ੋਅ ਪਤਾ ਨਹੀਂ ਹੁਣ ਸਟੇਡੀਅਮ ਦੇ ਵਿੱਚ ਹੋਵੇਗਾ ਜਾਂ ਕੋਰਟ ਦੇ ਵਿੱਚ ਹੋਵੇਗਾ। ਅਨੰਤ ਅੰਬਾਨੀ ਦੇ ਵਿਆਹ ਵਿੱਚ ਐਸ਼ਵਰਿਆ ਰਾਏ ਬੱਚਨ ਦੀ ਲਾਲ ਅਨਾਰਕਲੀ ਡਰੈੱਸ ਫੈਸ਼ਨ ਬੁੱਕ ਦਾ ਇੱਕ ਹਿੱਟ ਚੈਪਟਰ ਬਣ ਗਈ। ਮਨੀਸ਼ ਮਲਹੋਤਰਾ ਦੇ ਕਲੈਕਸ਼ਨ ਤੋਂ ਇਹ ਕਸਟਮ ਲਾਲ ਅਨਾਰਕਲੀ ਸੈੱਟ ਨੂੰ ਰੇਸ਼ਮ ਅਤੇ ਚਾਂਦੀ ਦੀ ਜ਼ਰੀ ਦੇ ਨਾਲ ਸਜਾਇਆ ਗਿਆ ਸੀ, ਬਿਲਕੁਲ ਰੋਇਲ ਅੰਦਾਜ਼ ਦੇ ਵਿੱਚ। ਹੁਣ ਇਸ ਲੁੱਕ ਤੋਂ ਪ੍ਰੇਰਿਤ ਹੋ ਕੇ ਸ਼੍ਰੀਲੰਕਾਈ ਕਲਾਕਾਰ ਨੇ ਇੱਕ ਗੁੜੀਆ ਬਣਾਈ ਹੈ। ਜੇ ਗੱਲ ਕਰੀਏ ਤਾਂ ਇੱਕ ਗੁੱਡੀ ਬਣਾਈ ਹੈ, ਡੋਲ ਬਣਾਈ ਹੈ, ਤੇ ਇਹ ਡੋਲ ਐਸ਼ਵਰਿਆ ਰਾਏ ਦੇ ਨਾਲ ਇੰਸਪਾਇਰਡ ਹੈ। ਉਹਨਾਂ ਦਾ ਇੱਕ ਮਿੰਨੀ ਕਲੋਨ ਹੈ। ਸੋਸ਼ਲ ਮੀਡੀਆ ਤੇ ਇਸ ਗੁੱਡੀ ਨੇ ਐਸ਼ਵਰਿਆ ਰਾਏ ਦੇ ਗਹਿਣਿਆਂ ਦੀ ਹੂਬਹੂ ਕਾਪੀ ਵੀ ਪਾਈ ਹੋਈ ਹੈ। ਲੱਗਦਾ ਹੁਣ ਫੈਸ਼ਨ ਦੀ ਦੁਨੀਆ ਦੇ ਵਿੱਚ ਡੋਲਸ ਵੀ ਸ਼ਾਹੀ ਹੋ ਗਈਆਂ ਹਨ। ਇਹ ਗੁੱਡੀ ਤੇ ਨੈਟੀਜ਼ਨ ਮਿਕਸ ਰਿਐਕਸ਼ਨਸ ਦੇ ਰਹੇ ਨੇ। ਫਿਰ ਵੀ ਕੁਝ ਯੂਜ਼ਰਸ ਨੇ ਇੱਕ ਮਜ਼ੇਦਾਰ ਟਿੱਪਣੀ ਦੇ ਵਿੱਚ ਕਿਹਾ ਕਿ ਇਹ ਗੁੱਡੀ ਪਹਿਲਾਂ ਸਲਮਾਨ ਖਾਨ ਨੇ ਖਰੀਦੀ ਹੋਵੇਗੀ ਅਤੇ ਇਸ ਨੂੰ ਵੇਖ ਕੇ ਮੈਂ ਤਾਂ ਦੰਗ ਰਹਿ ਗਿਆ। ਇਹ ਗੁੱਡੀ ਬਹੁਤ ਡਰਾਉਣੀ ਹੈ। ਇੱਕ ਸੈਕਿੰਡ ਦੇ ਲਈ ਮੈਨੂੰ ਲੱਗਿਆ ਕਿ ਇਹ ਰਾਧੇ ਮਾਂ ਹੈ। ਇਸ ਲਈ ਸਪਸ਼ਟ ਤੌਰ ਤੇ ਇਸ ਗੁੱਡੀ ਲਈ ਅਸੀਂ ਸਿਰਫ ਇੱਕ ਗੱਲ ਕਹਿ ਸਕਦੇ ਹਾਂ, ਹਰ ਨਵਾਂ ਟ੍ਰੈਂਡ ਕੁਝ ਡਰਾਮਾ ਲੈ ਕੇ ਆਉਂਦਾ ਹੈ। ਤਾਂ ਜੀ, ਇਹ ਸੀਗੀਆਂ ਅੱਜ ਦੀਆਂ ਐਂਟਰਟੇਨਮੈਂਟ ਦੀਆਂ ਤਾਜ਼ਾ ਅਪਡੇਟਸ। ਉਮੀਦ ਹੈ ਕਿ ਤੁਹਾਨੂੰ ਇਹ ਖਬਰਾਂ ਵਧੀਆ ਲੱਗੀਆਂ ਹੋਣਗੀਆਂ। ਅਗਲੇ ਪ੍ਰੋਗਰਾਮ ਤੱਕ ਦੇ ਲਈ ਬਣੇ ਰਹੋ ਸਾਡੇ ਨਾਲ, ਮਨੋਰੰਜਨ ਦੇ ਵਿੱਚ ਡੁੱਬੇ ਰਹੋ ਤੇ ਦੇਖਦੇ ਰਹੋ NRI TV। ਬਹੁਤ ਬਹੁਤ ਸ਼ੁਕਰੀਆ।